ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਚੋਲਾਂਗ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ। ਲਾਡੋਵਾਲ ਤੋਂ ਬਾਅਦ ਹੁਣ ਟਾਂਡਾ ਟੋਲ ਪਲਾਜ਼ਾ ਵੀ ਫ੍ਰੀ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਦੇ ਸਮੇਂ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਚੋਲਾਂਗ ਟੋਲ ਪਲਾਜ਼ਾ ਤੇ ਭਾਰੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਭਾਰੀ ਗਿਣਤੀ ਕਿਸਾਨਾਂ ਦੀ ਜਿਹੜੀ ਆ ਉੱਥੇ ਇਕੱਠੇ ਹੋ ਚੁੱਕੇ ਨੇ ਕਿਸਾਨ, ਤੇ ਚੋਲਾਂਗ ਟੋਲ ਪਲਾਜ਼ਾ ਨੂੰ 11 ਵਜੇ ਤੋਂ 2 ਵਜੇ ਤੱਕ ਫ੍ਰੀ ਕਰਵਾ ਕੇ ਵਾਹਨਾਂ ਨੂੰ ਲਗਾਇਆ ਜਾ ਰਿਹਾ। ਉੱਥੇ ਹੀ ਜਿੱਥੇ ਲੋਕ ਜਾਂਦੇ ਹੋਏ ਨਜ਼ਰ ਆਏ ਉਹਨਾਂ ਨੂੰ ਉਸੇ ਸਮੇਂ ਉਹਨਾਂ ਨੇ ਟੋਲ ਪਲਾਜ਼ਾ ਜੋ ਹੈ ਫ੍ਰੀ ਕਰਵਾ ਦਿੱਤਾ। ਟਾਂਡਾ ਟੋਲ ਪਲਾਜ਼ਾ ਵੀ ਹੁਣ ਲਾਡੋਵਾਲ ਤੋਂ ਬਾਅਦ ਫ੍ਰੀ ਹੋ ਚੁੱਕਾ ਹੈ। ਹੁਣ ਦੇਖਦੇ ਹਾਂ ਕਿ ਹੋਰ ਕਿਹੜਾ ਟੋਲ ਪਲਾਜ਼ਾ ਅਗਲਾ, ਕਿਹੜੇ ਟੋਲ ਪਲਾਜ਼ੇ ਦੀ ਵਾਰੀ ਹੈ ਜਿਹੜੀ ਕਿਸਾਨਾਂ ਦੇ ਵੱਲੋਂ ਹੁਣ ਫ੍ਰੀ ਕਰਵਾ ਦਿੱਤਾ ਜਾਵੇਗਾ। ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਚੋਲਾਂਗ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ। ਲਾਡੋਵਾਲ ਤੋਂ ਬਾਅਦ ਹੁਣ ਟਾਂਡਾ ਟੋਲ ਪਲਾਜ਼ਾ ਵੀ ਫ੍ਰੀ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਦੇ ਸਮੇਂ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਚੋਲਾਂਗ ਟੋਲ ਪਲਾਜ਼ਾ ਤੇ ਭਾਰੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਭਾਰੀ ਗਿਣਤੀ ਕਿਸਾਨਾਂ ਦੀ ਜਿਹੜੀ ਆ ਉੱਥੇ ਇਕੱਠੇ ਹੋ ਚੁੱਕੇ ਨੇ ਕਿਸਾਨ, ਤੇ ਚੋਲਾਂਗ ਟੋਲ ਪਲਾਜ਼ਾ ਨੂੰ 11 ਵਜੇ ਤੋਂ 2 ਵਜੇ ਤੱਕ ਫ੍ਰੀ ਕਰਵਾ ਕੇ ਵਾਹਨਾਂ ਨੂੰ ਲਗਾਇਆ ਜਾ ਰਿਹਾ। ਉੱਥੇ ਹੀ ਜਿੱਥੇ ਲੋਕ ਜਾਂਦੇ ਹੋਏ ਨਜ਼ਰ ਆਏ ਉਹਨਾਂ ਨੂੰ ਉਸੇ ਸਮੇਂ ਉਹਨਾਂ ਨੇ ਟੋਲ ਪਲਾਜ਼ਾ ਜੋ ਹੈ ਫ੍ਰੀ ਕਰਵਾ ਦਿੱਤਾ। ਟਾਂਡਾ ਟੋਲ ਪਲਾਜ਼ਾ ਵੀ ਹੁਣ ਲਾਡੋਵਾਲ ਤੋਂ ਬਾਅਦ ਫ੍ਰੀ ਹੋ ਚੁੱਕਾ ਹੈ। ਹੁਣ ਦੇਖਦੇ ਹਾਂ ਕਿ ਹੋਰ ਕਿਹੜਾ ਟੋਲ ਪਲਾਜ਼ਾ ਅਗਲਾ, ਕਿਹੜੇ ਟੋਲ ਪਲਾਜ਼ੇ ਦੀ ਵਾਰੀ ਹੈ ਜਿਹੜੀ ਕਿਸਾਨਾਂ ਦੇ ਵੱਲੋਂ ਹੁਣ ਫ੍ਰੀ ਕਰਵਾ ਦਿੱਤਾ ਜਾਵੇਗਾ। ਦੁਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਚੋਲਾਂਗ ਟੋਲ ਪਲਾਜ਼ਾ ਫ੍ਰੀ ਕਰਵਾ ਦਿੱਤਾ ਗਿਆ। ਲਾਡੋਵਾਲ ਤੋਂ ਬਾਅਦ ਹੁਣ ਟਾਂਡਾ ਟੋਲ ਪਲਾਜ਼ਾ ਵੀ ਫ੍ਰੀ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਦੇ ਸਮੇਂ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਜਗਵੀਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਚੋਲਾਂਗ ਟੋਲ ਪਲਾਜ਼ਾ ਤੇ ਭਾਰੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ਕਿਸਾਨਾਂ ਦੀ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਭਾਰੀ ਗਿਣਤੀ ਕਿਸਾਨਾਂ ਦੀ ਜਿਹੜੀ ਆ ਉੱਥੇ ਇਕੱਠੇ ਹੋ ਚੁੱਕੇ ਨੇ ਕਿਸਾਨ, ਤੇ ਚੋਲਾਂਗ ਟੋਲ ਪਲਾਜ਼ਾ ਨੂੰ 11 ਵਜੇ ਤੋਂ 2 ਵਜੇ ਤੱਕ ਫ੍ਰੀ ਕਰਵਾ ਕੇ ਵਾਹਨਾਂ ਨੂੰ ਲਗਾਇਆ ਜਾ ਰਿਹਾ। ਉੱਥੇ ਹੀ ਜਿੱਥੇ ਲੋਕ ਜਾਂਦੇ ਹੋਏ ਨਜ਼ਰ ਆਏ ਉਹਨਾਂ ਨੂੰ ਉਸੇ ਸਮੇਂ ਉਹਨਾਂ ਨੇ ਟੋਲ ਪਲਾਜ਼ਾ ਜੋ ਹੈ ਫ੍ਰੀ ਕਰਵਾ ਦਿੱਤਾ। ਟਾਂਡਾ ਟੋਲ ਪਲਾਜ਼ਾ ਵੀ ਹੁਣ ਲਾਡੋਵਾਲ ਤੋਂ ਬਾਅਦ ਫ੍ਰੀ ਹੋ ਚੁੱਕਾ ਹੈ। ਹੁਣ ਦੇਖਦੇ ਹਾਂ ਕਿ ਹੋਰ ਕਿਹੜਾ ਟੋਲ ਪਲਾਜ਼ਾ ਅਗਲਾ, ਕਿਹੜੇ ਟੋਲ ਪਲਾਜ਼ੇ ਦੀ ਵਾਰੀ ਹੈ ਜਿਹੜੀ ਕਿਸਾਨਾਂ ਦੇ ਵੱਲੋਂ ਹੁਣ ਫ੍ਰੀ ਕਰਵਾ ਦਿੱਤਾ ਜਾਵੇਗਾ।